ਅਸਲਾਮ ਵਾਲੇਕੁਮ ਸਾਰੇ ਭਰਾਵਾਂ ਨੂੰ ਅਤੇ ਜਨਾਬ ਅਸੀਂ ਅੱਜ ਹਿਕਮਤੁੱਲਾ ਪਠਾਨ ਜਿਹੜੇ ਸਾਡੇ ਭਾਈ ਨੇ ਫਰਖਾਬਾਦ ਦੇ ਕੋਲ ਉਹਦੇ ਕੋਲ ਇੱਕ ਜਾਨਵਰ ਜੇ ਮਾਸ਼ਾਅੱਲਾ ਬਹੁਤ ਖੂਬਸੂਰਤ ਘੋੜਾ ਜੇ ਅਤੇ ਲੈ ਕੇ ਆਇਆ ਅਸੀਂ ਇਹ ਵੀ ਤੁਹਾਨੂੰ ਦੱਸਾਂਗੇ ਕਿੱਥੋਂ ਆਇਆ ਇਹਦੇ ਬਾਰੇ ਦੇ ਵਿੱਚ लो जनाब माशाल्लाह घोड़ा तुहाडे सामने जे ते माशाल्लाह असी मजीद जड़ा सवाल जवाब भी पूछांगे जी। अस्सलाम वालेकुम लो जी घोड़ा तुहानूं असी दिखा देंगे यह घोड़ा जे ते हिकमतुल्ला लैके आया ताजिकिस्तान तो यह माशाल्लाह लो जी सब नालों पहले असी तुहानूं इहदे पैर विखा देंगे ਇਹ ਪੈਰ ਦੇ ਦੋ ਮੈਂ ਔਰ ਨਾਲ ਹੀ ਅਸੀਂ ਪਿੱਛੇ ਜਾਂਦੇ ਹਾਂ ਇਹ ਪਿਛਲੇ ਪੈਰਾਂ ਤੋਂ ਲਓ ਜਨਾਬ ਇਹ ਪਿਛਲੇ ਪੈਰ ਜੇ ਜੀ ਮਾਸ਼ਾਅੱਲਾ ਪਿੱਛੋਂ ਤੁਸੀਂ ਘੋੜਾ ਦੇਖੋ ਬਹੁਤ ਮਾਸ਼ਾਅੱਲਾ ਅੱਛੀ ਹਾਈਟ ਵਾਲਾ ਘੋੜਾ ਜੇ ਜਨਾਬ ਅਸੀਂ ਤੁਹਾਨੂੰ ਇੱਧਰ ਇਹਨੂੰ ਫੇਰੋ ਜੀ ਥੋੜ੍ਹਾ ਜਿਹਾ ਲਿਆਓ ਜੀ ਇਹ ਘੋੜਾ ਜੇ ਅਤੇ ਅਸੀਂ ਹਿਕਮਤੁੱਲਾ ਬਾਈ ਦਾ ਜਿਹੜਾ ਉਹ ਲਓ ਜੀ
ਨੰਬਰ ਜਿਹੜਾ ਸੀ ਓਨਰ ਦਾ ਨੰਬਰ ਜਨਾਬ ਤੁਹਾਨੂੰ ਦੇ ਦਿੰਦੇ ਇਹਦੇ 'ਚ ਟਾਈਟਲ 'ਚ। ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ। ਲਓ ਜੀ, ਇਜਾਜ਼ਤ ਚਾਹੁੰਦੇ ਜੀ, ਅੱਲਾਹ ਹਾਫਿਜ਼। ਫੀ ਮਾਰ